ਏ ਆਕਾਸ਼ ਵਾਣੀਏ ਹੁਣ ਤੁਸੀਂ ਵਿਜੇ ਸਿੰਘ ਕੋਲੋਂ ਖਬਰਾਂ ਸੁਣੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਚ ਰਾਸ਼ਟਰੀ ਟੈਕਨੋਲੋਜੀ ਦਿਵਸ ਦੇ ਮੌਕੇ ਕੁੱਲ 5800 ਕਰੋੜ ਰੁਪਏ ਦੇ ਕਈ ਵਿਗਿਆਨਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਜਾਂ ਦੇਸ਼ ਨੂੰ ਸਮਰਪਿਤ ਕਰਨਗੇ विदेश मंत्री डॉ एस जयशंकर का कहना है भारत की आर्थिकता ही मजबूत हो सकती है जेकर ध्यान निर्माण केंद्रीय मंत्री नितिन गडकरी का कहना है कि अगले साल अंदर भारत ऑटोमोबाइल खेत च आलमी मोहरी बन जाएगा निशानेबाजी च च चल रही आईएसएसएफ विश्व कप मुक, मुकाबलेबाजी च भारत की रिदम सांगवान ने ਔਰਤਾਂ ਦੇ 10 ਮੀਟਰ 에ਅਰ ਪਿਸਟਲ ਮੁਕਾਬਲੇ 'ਚ ਕਾਂਸੀ ਦਾ ਤਮਗਾ ਜਿੱਤੇ ਅਤੇ ਆਈਪਲ ਕ੍ਰਿਕਟ ਵਿੱਚ ਕੋਲਕਾਤਾ ਨਾਈਟ ਰਾਈਡਰਸ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਮੁਕਾਬਲਾ ਅੱਜ ਸ਼ਾਮੀ ਈਡਨ ਗਾਰਡਨਸ 'ਚ ਹੋਏਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਸ਼ਟਰੀ ਟੈਕਨੋਲੋਜੀ ਦਿਵਸ ਦੇ ਮੌਕੇ ਤੇ 5800 ਕਰੋੜ ਰੁਪਏ ਦੇ ਤੋਂ ਵੱਧ ਦੇ ਕਈ ਵਿਗਿਆਨਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਕਈ ਦੇਸ਼ ਨੂੰ ਸਮਰਪਿਤ ਕਰਨਗੇ। ਸ਼੍ਰੀ ਮੋਦੀ ਨਵੀਂ ਦਿੱਲੀ ਵਿੱਚ ਇੱਕ ਪ੍ਰੋਗਰਾਮ ਦਾ ਉਦਘਾਟਨ ਕਰਨਗੇ। ਰਾਸ਼ਟਰੀ ਟੈਕਨੋਲੋਜੀ ਦਿਵਸ ਤੇ ਇਸ ਸਾਲ ਦੇ ਜਸ਼ਨਾਂ ਵਿੱਚ ਮੁੱਖ ਤੌਰ ਤੇ ਅਟਲ ਇਨੋਵੇਸ਼ਨ ਮਿਸ਼ਨ ਉੱਪਰ ਧਿਆਨ ਕੇਂਦਰਿਤ ਰਹੇਗਾ। ਅਟਲ ਇਨੋਵੇਸ਼ਨ ਮਿਸ਼ਨ ਪਵਿਲਿਅਨ ਨਵੀਆਂ ਕਾਢਾਂ ਪਾੜੇ ਕਈ ਪ੍ਰੋਜੈਕਟਾਂ ਦਾ ਵਿਖਾੜਾ ਕਰੇਗਾ ਅਤੇ ਇਹ ਪ੍ਰੋਜੈਕਟ ਵੇਖਣ ਲਈ ਆਉਣ ਵਾਲਿਆਂ ਨੂੰ ਲਾਈਵ ਟਿੰਕਰਿੰਗ ਸੈਸ਼ਨ ਵੇਖਣ ਇੰਕਰੀਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਸ਼ਾਨਦਾਰ ਕਾਡਾਂ ਅਤੇ ਸਟਾਰਟਅੱਪਸ ਦੇ ਉਤਪਾਦ ਵੇਖਣ ਦਾ ਮੌਕਾ ਮਿਲੇਗਾ ਇਸ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਹਾਲੀਆ ਸਮੇਂ ਵਿੱਚ ਭਾਰਤ ਵਿੱਚ ਹੋਈ ਵਿਗਿਆਨਕ ਅਤੇ ਤਕਨੀਕੀ ਪ੍ਰਗਤੀ ਦਾ ਵਿਖਾੜਾ ਕਰਦੀ ਐਕਸਪੋ ਦਾ ਵੀ ਉਦਘਾਟਨ ਕਰਨਗੇ ਸਾਡੇ ਪੱਤਰ ਪ੍ਰੇਰਕ ਨੇ ਖਬਰ ਦਿੱਤੀ ਹੈ ਕਿ ਸ਼੍ਰੀ ਮੋਦੀ ਇਸ ਮੌਕੇ ਇੱਕ ਯਾਦਗਾਰੀ ਡਾਕ ਟਿਕਟ ਅਤੇ ਸਿੱਕਾ ਵੀ ਜਾਰੀ ਕਰਨਗੇ ਪ੍ਰਧਾਨ ਮੰਤਰੀ ਜਿਨ੍ਹਾਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਉਹਨਾਂ ਵਿੱਚ ਲੇਜ਼ਰ ਇਨਫਰੋ ਇੰਟਰਫੈਰੋਮੀਟਰ ਗ੍ਰੈਵਿਟੇਸ਼ਨਲ ਵੇਵ অবজারਵੇਟਰੀ ਇੰਡੀਆ ਹਿੰਗੋਲੀ Odisha ਦੇ ਜਟਨੀ ਵਿੱਚ ਹੋਮੀ ਭਾਬਾ ਕੈਂਸਰ ਹਸਪਤਾਲ ਤੇ ਖੋਜ ਕੇਂਦਰ ਅਤੇ ਮੁੰਬਈ ਵਿੱਚ ਪਲੇਟਿਨਮ ਜੁਬਲੀ ਬਲਾਕ ਟਾਟਾ ਮੈਮੋਰੀਅਲ ਹਸਪਤਾਲ ਸ਼ਾਮਲ ਨੇ ਇਸ ਸਮਰੌਰ ਦੌਰਾਨ ਜੋ ਪ੍ਰੋਜੈਕਟ ਦੇਸ਼ ਨੂੰ ਸਮਰਪਿਤ ਕੀਤੇ ਜਾਣਗੇ ਉਹਨਾਂ ਵਿੱਚ ਮੁੰਬਈ ਚ ਫਿਸ਼ਨ ਮੋਲੀਬਡੇਨਮ 99 ਪ੍ਰੋਡਕਸ਼ਨ ਕੇਂਦਰ विशाखापतनम रेयर अर्थ परमानेंट मैगनेट प्लांट ते होमी भाभा कैंसर हस्पता खोज अते नवी मुंबई विच नेशनल हैड्रॉन बीम थैरेपी केन्द्र ते बचिया ते, ते कैंसर हस्पताल प्रधानमंत्री नरेन्द्र मोदी अमरीकी राष्ट्रपति जोसफ बाइडन उ पत्नी जिल बाइडन के सदे त अगले महीने अमरीका दौरे ते दौरे दौरान श्री मोदी बई जून नात खाने की सकारी दावत च हिस्सा लैंड यह दौरा भारत अमरीका के कई खेत आपसी सहयोग के मद्देनजर दोहा देशों दरमियान नीतिगत भईवाली की वही अहमियत जोर देगा ਟੈਕਨੋਲੋਜੀ ਵਪਾਰ ਸਨਤ ਸਿੱਖਿਆ ਖੋਜ ਸਾਫ ਸੁਥਰੀ ਊਰਜਾ ਰੱਖਿਆ ਸੁਰੱਖਿਆ ਸਿਹਤ ਸੰਭਾਲ ਅਤੇ ਲੋਕਾਂ ਦੇ ਲੋਕਾਂ ਨਾਲ ਸੰਪਰਕ ਮਜ਼ਬੂਤ ਕਰਨ ਸਮੇਤ ਦਵੱਲੇ ਹਿੱਤ ਦੇ ਵੱਖ-ਵੱਖ ਖੇਤਰਾਂ ਵਿੱਚ ਦਵੱਲਾ ਸਹਿਯੋਗ ਮਜ਼ਬੂਤ ਕਰਨ ਦੇ ਜਾਇਜ਼ੇ ਲਈ ਮੌਕਾ ਹੋਏਗਾ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਬਾਈਡਨ ਜੀ-20 ਸਮੇਤ ਬਹੁ-ਰਾਸ਼ਟਰੀ ਤੇ ਬਹੁਤਰੀ ਮੰਚਾਂ ਤੇ ਭਾਰਤ ਅਮਰੀਕਾ ਸਹਿਯੋਗ ਮਜ਼ਬੂਤ ਕਰਨ ਦੇ ਢੰਗ ਤਰੀਕੇ ਵੀ ਲੱਭਣਗੇ ਇਹ ਇਤਿਹਾਸਕ ਦੌਰਾ ਭਾਰਤ ਅਤੇ ਅਮਰੀਕਾ ਲਈ ਇੱਕ ਵਿਆਪਕ ਤੇ ਅਗਾਹ ਵਧੂ ਆਲਮੀ ਨੀਤੀਗਤ ਪਾਈ ਵਾਲੀ ਹੋਰ ਮਜ਼ਬੂਤ ਕਰਨ ਦਾ ਇੱਕ ਕੀਮਤੀ ਮੌਕਾ ਮੁਹੱਈਆ ਕਰੇਗਾ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਨੇ ਕਿਹਾ ਹੈ ਕਿ ਭਾਰਤ ਦੀ ਆਰਥਿਕਤਾ ਉਦੋਂ ਹੀ ਵੱਧ ਸਕਦੀ ਹੈ ਅਤੇ ਵਧੇਰੇ ਮਜ਼ਬੂਤ ਹੋ ਸਕਦੀ ਹੈ ਜੇਕਰ ਧਿਆਨ ਨਿਰਮਾਣ ਸਮਰੱਥਾਵਾਂ ਨੂੰ ਡੂੰਘੇ ਤੌਰ ਤੇ ਮਜ਼ਬੂਤ ਕਰਨ ਦੇ ਹੋਵੇ ਅਤੇ ਕਾਰੋਬਾਰੀ ਚੀਨ ਵੱਲ ਵੇਖਣਾ ਬੰਦ ਕਰ ਦੇਣ। ਕੱਲ ਨਵੀਂ ਦਿੱਲੀ ਵਿੱਚ ਇੱਕ ਕਿਤਾਬ ਦੇ ਲੋਕ ਅਰਪਣ ਸਮਾਰੋਹ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਦਾ ਆਰਥਿਕਵਾਦਾ ਚੀਨੀ ਕੁਸ਼ਲਤਾ ਉੱਪਰ ਨਹੀਂ ਉਸਾਰਿਆ ਜਾ ਸਕਦਾ ਅਤੇ ਆਪਣੇ ਕਾਰੋਬਾਰ ਨੂੰ ਸੁਨਿਸ਼ਚਿਤ ਕਰਨ ਲਈ ਕਾਰੋਬਾਰੀਆਂ ਨੂੰ ਚੀਨ ਵੱਲ ਵੇਖਣਾ ਬੰਦ ਕਰਨਾ ਹੋਵੇਗਾ। ਡਾਕਟਰ ਜੈਸ਼ੰਕਰ ਨੇ ਕਿਹਾ ਕਿ ਮੇਕ ਇਨ ਇੰਡੀਆ ਸਿਰਫ ਮੇਕਿੰਗ ਜਾਂ ਬਣਾਉਣਾ ਉਤਪਾਦਨ ਕਰਨਾ ਨਹੀਂ ਹੈ ਸਗੋਂ ਇਹ ਵਿਚਾਰ ਕਰਨ ਬਾਰੇ ਸੋਚ ਵੀ ਹੈ। ਮੇਕ ਇਨ ਇੰਡੀਆ ਦੇ ਨਾਲ ਥਿੰਕ ਇਨ ਇੰਡੀਆ ਵੀ ਹੋਣਾ ਚਾਹੀਦਾ ਹੈ ਇਹ ਖਬਰਾਂ ਤੁਸੀਂ ਆਕਾਸ਼ ਵਾਣੀ ਤੋਂ ਸੁਣ ਰਹੇ ਹੋ ਸੜਕੀ ਟ੍ਰਾਂਸਪੋਰਟ ਤੇ ਸ਼ਾਰਾਹ ਬਾਰੇ ਮੰਤਰੀ ਨਿਤਿਨ ਗੜਕਰੀ ਨੇ ਕਿਹਾ ਹੈ ਕਿ ਭਾਰਤ ਦਾ ਆਟੋ ਸੈਕਟਰ ਅਗਲੇ 5 ਸਾਲਾਂ ਵਿੱਚ ਚੀਨ ਅਤੇ ਅਮਰੀਕਾ ਨੂੰ ਪਿੱਛੇ ਛੱਡਦਿਆਂ ਦੁਨੀਆ ਵਿੱਚ ਪਹਿਲੇ ਸਥਾਨ ਤੇ ਹੋਏਗਾ ਉਹਨਾਂ ਕਿਹਾ ਕਿ ਭਾਰਤ ਜਾਪਾਨ ਤੋਂ ਪਹਿਲਾਂ ਹੀ ਅੱਗੇ ਨਿਕਲ ਚੁੱਕਿਆ ਹੈ ਸ਼੍ਰੀ ਗੜਕਰੀ ਨੇ ਇਹ ਗੱਲ ਨਵੀਂ ਦਿੱਲੀ ਵਿੱਚ ਭਾਰਤੀ ਸੰਨਤੀ ਸੰਗ ЦИआई ਵੱਲੋਂ ਕਰਵਾਏ ਇੱਕ ਸਮਰੂਹ ਨੂੰ ਸਬੋਧਨ ਕਰਦੇ ਹਾਂ ਕਹੀਂ ਉੱਤਰ ਪ੍ਰਦੇਸ਼ ਵਿੱਚ ਸ਼ਹਿਰੀ ਸਥਾਨਕ ਇਕਾਈਆਂ ਦੀ ਦੂਜੀ ਅਤੇ ਆਖਰੀ ਗੇੜ ਦੀਆਂ ਚੋਣਾਂ ਲਈ ਵੋਟਿੰਗ ਸਖਤ ਸੁਰੱਖਿਆ ਦਰਮਿਆਨ ਸ਼ੁਰੂ ਹੋ ਗਈ ਹੈ ਦੂਜੀ ਗੇੜ ਦੀ ਪੋਲਿੰਗ 8 ਡਿਵੀਜ਼ਨਸ ਵਿੱਚਲੇ 38 ਜ਼ਿਲ੍ਹਿਆਂ ਵਿੱਚ ਕਰਵਾਈ ਜਾ ਰਹੀ ਹੈ ਇਹ ਡਿਵੀਜ਼ਨਾਂ ਨੇ ਅਲੀਗੜ ਅਯੋਧਿਆ ਆਜ਼ਮਗੜ ਬਰੇਲੀ ਬਸਤੀ ਚਿੱਤਰਕੂਟ ਕਾਨਪੁਰ ਅਤੇ ਮਿਰਜ਼ਾਪੁਰ ਪਹਿਲੇ ਗੇੜ ਦੀ ਪੋਲਿੰਗ 4 ਮਹੀਨਿਆਂ ਹੋਈ ਸੀ ਅਤੇ 37 ਜ਼ਿਲ੍ਹਿਆਂ ਦੇ ਵੋਟਰਾਂ ਨੇ ਆਪਣੀ ਵੋਟ ਪਾਈ ਸੀ। ਵੋਟਾਂ ਦੀ ਗਿਣਤੀ ਸ਼ਨੀਚਾਰ ਨੂੰ ਹੋਏਗੀ। ਦੂਜੇ ਗੇੜ ਦੀ ਪੋਲਿੰਗ ਸਵੇਰੇ 7 ਵਜੇ ਸ਼ੁਰੂ ਹੋਈ ਹੈ ਤੇ ਸ਼ਾਮੀ 6 ਵਜੇ ਤੱਕ ਚੱਲੇਗੀ। ਉਧਰ ਕਰਨਾਟਕਾ ਵਿਧਾਨ ਸਭਾ ਚੋਣਾਂ ਵਿੱਚ 72.67% ਦੀ ਵੋਟਾਂ ਪਈਆਂ ਨੇ ਜਿਨ੍ਹਾਂ ਵਿੱਚ ਡਾਕ ਰਾਹੀਂ ਤਾਂ ਕਰ ਤੋਂ VOTING ਸ਼ਾਮਲ ਨਹੀਂ ਹੈ। 2013 ਦੀਆਂ ਵਿਧਾਨ ਸਭਾ ਚੋਣਾਂ ਵਿੱਚ 71.88% ਦੀ ਪੋਲਿੰਗ ਹੋਈ ਸੀ ਜਦਕਿ 2018 ਵਿੱਚ ਵੋਟ ਫੀਸਟ 72.44 ਸੀ ਚਿੱਕਬੱਲਪੁਰ ਜ਼ਿਲ੍ਹੇ ਵਿੱਚ 85.33% ਦੀਆਂ ਵੋਟਾਂ ਪਈਆਂ ਮੰਡਿਆ ਅਤੇ ਰਾਮਨਗਰਾ ਜ਼ਿਲ੍ਹੇ ਆ ਵਿੱਚ 84% ਦੀ ਅਤੇ ਬੈਂਗਲੁਰੂ ਦੇ 28 ਹਲਕਿਆਂ ਵਿੱਚ ਔਸਤਨ 54.53% ਦੀਆਂ ਵੋਟਾਂ ਪਈਆਂ ਬੈਂਗਲੁਰੂ ਸ਼ਹਿਰੀ ਜ਼ਿਲ੍ਹੇ ਵਿੱਚ ਹੀ 56.82% VOTING ਦਰਜ ਹੋਈ ਬੈਂਗਲੁਰ ਦੇ ਹਾਤੀ ਜ਼ਿਲ੍ਹੇ ਵਿੱਚ 83.76% ਪੋਲਿੰਗ ਦਰਜ ਹੋਈ ਹੋਸਕੋਟੇ ਤੇ ਮੈਲੂਕੋਟੇ ਜ਼ਿਲ੍ਹਿਆਂ ਵਿੱਚ 90 ਤੋਂ 90% ਤੋਂ ਵੱਧ ਪੋਲਿੰਗ ਅਤੇ ਬੈਂਗਲੁਰੂ ਸਾਊਥ ਵਿੱਚ ਸਭ ਤੋਂ ਘੱਟ 46.86% ਪੋਲਿੰਗ ਦਰਜ ਕੀਤੀ ਗਈ ਪਾਕਿਸਤਾਨ ਦੀ ਇੱਕ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਤੋਸ਼ਖਾਨਾ ਪ੍ਰਚਾਰ ਕੇਸ ਵਿੱਚ ਦੋਸ਼ੀ ਠਹਿਰਾਇਆ ਹੈ ਖਾਨ ਨੂੰ ਇੱਕ ਦਿਨ ਪਹਿਲਾਂ ਇਸਲਾਮਾਬਾਦ ਹਾਈ ਕੋਰਟ ਤੋਂ ਨੀਮ ਫੌਜੀ ਰੈਂਜਰਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਪਿਛਲੇ ਸਾਲ ਅਗਸਤ ਚ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਪੀਐਮਐਲ ਐਨਡੀ ਅਗਵਾਈ ਵਾਲੀ ਗਠਜੋੜ ਸਰਕਾਰ ਨੇ ਸ਼ਰੀ ਖਾਨ ਖਿਲਾਫ ਦਰਜ ਕੇਸ ਦਰਜ ਕੀਤਾ ਸੀ ਜਿਸ ਵਿੱਚ ਦਾਵਾ ਕੀਤਾ ਗਿਆ ਸੀ ਕਿ ਉਨ੍ਹਾਂ ਨੇ ਦੋਸ਼ਾ ਖਾਨਾ ਨੂੰ ਦਿੱਤੇ ਗਏ ਤੋਹਫਿਆਂ ਅਤੇ ਕੁਝ ਤੋਹਫਿਆਂ ਦੀ ਗੈਰ ਕਾਨੂੰਨੀ ਵਿਕਰੀ ਤੇ ਜਾਣਕਾਰੀ ਦਾ ਖੁਲਾਸਾ ਨਹੀਂ ਕੀਤਾ ਅਤੇ ਅਦਾਲਤ ਨੇ पाकिस्तान तहरीक इंसाफ दे चेयरमैन इमरान खान अल कादिर ट्रस्ट केस च राष्ट्रीय जवाबदेही ब्यूरो को अठ दिन रिमांड से पेश भेज है। इस दौरान क्वेटा, कराची पिशौर रावलपिंडी लाहौर समेत पाकिस्तान च कई शहर च इमरान खान की गिरफ्तारी खिलाफ गए बे डीआई मजाराहकारां ਅਤੇ ਫੌਜ ਦਰਮਿਆਨ ਕੁਇਟਾ ਚ ਹੋਈਆਂ ਝੜਪਾਂ ਚ ਘੱਟੋ ਘੱਟ 5 ਵਿਅਕਤੀ ਮਾਰੇ ਗਏ ਨੇ ਅਤੇ ਕਈ ਹੋਰ ਜ਼ਖਮੀ ਹੋ ਗਏ ਨੇ ਭਾਰਤ ਦੀ ਰਿਦਮ ਸੰਗਵਾਨ ਨੇ ਬਾਕੂ ਅਜ਼ਰਬਾਈਜਾਨ ਵਿੱਚ ਰਾਈਫਲ ਅਤੇ ਪਿਸਟੋਲ ਸ਼ੂਟਰਾਂ ਦੇ ਆਈਐਸਐਸਐਫ ਵਿਸ਼ਵ ਕੱਪ 2023 ਵਿੱਚ ਔਰਤਾਂ ਦੇ 10 ਮੀਟਰ 에ਅਰ ਪਿਸਟੋਲ ਮੁਕਾਬਲੇ ਚ ਕਾਂਸੀ ਦਾ ਤਮਗਾ ਜਿੱਤੇ ਇਸ ਮੁਕਾਬਲੇ ਚ 2016 ਦੀ ਰਿਓ 올림픽 ਚੈਂਪੀਅਨ ग्रीस दी आना की उना तो कोरा तो रही। आईपीएल क्रिकेट च राती चेन्नई सुपर किंग्स ने चेन्नई विचले चिदंबरम स्टेडियम च कैपिटल्स कैपीटल सताई दौड़ा हरा दिता आज कोलकाता नाइट राइडर्स का शामी साढ़े सात बजे ईडन गार्डन्स विच राजस्थान रॉयल्स मुकाबला हो ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਚ ਰਾਸ਼ਟਰੀ ਟੈਕਨੋਲੋਜੀ ਦਿਵਸ ਦੇ ਮੌਕੇ ਕੁੱਲ 5800 ਕਰੋੜ ਰੁਪਏ ਦੇ ਕਈ ਵਿਗਿਆਨਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਜਾਂ ਦੇਸ਼ ਨੂੰ ਸਮਰਪਿਤ ਕਰਨਗੇ। ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਦਾ ਕਹਿਣਾ ਹੈ ਕਿ ਭਾਰਤ ਦੀ ਆਰਥਿਕਤਾ ਤਾਂ ਹੀ ਮਜ਼ਬੂਤ ਹੋ ਸਕਦੀ ਹੈ ਜੇਕਰ ਧਿਆਨ ਨਿਰਮਾਣ ਦੀਆਂ ਸਮਰੱਥਾਵਾਂ ਤੇ ਹੋਵੇ। ਆਕਾਸ਼ਵਾਣੀ ਤੋਂ ਖਬਰਾਂ ਦਾ ਪ੍ਰੋਗਰਾਮ ਖਤਮ ਹੋ ਗਿਆ।